जिगनाओं में रेडी चालक द्वारा नगर कौंसिल में खुद को आग लगाने की कोशिश का मामला गहराता जा रहा है। इस मामले में नगर कौंसिल की बैठक के दौरान सभी कांग्रेस कौंसलरों द्वारा विधायक सरबजीत कौर मानुके व आप पार्टी के अन्य वर्गों के खिलाफ अविश्वास प्रस्ताव पारित किया गया तथा विधायक मनुके के खिलाफ नारेबाजी की गई, जिससे माहौल काफी गर्मा गया। इस दौरान नगर कौंसिल पुल छावनी बना रहा तथा आसपास पुलिस तैनात रही। वही पत्रकारों से बातचीत में विधायक मनुके ने कहा कि उनके खिलाफ साजिश रची जा रही है तथा वह माहौल खराब नहीं कर रही है, बल्कि नगर कौंसिल के अधिकारी खुद माहौल खराब कर रहे हैं। मैं अंदर प्रधान जी ने एप्रीशिएट करके गई, मैं क्या रेहड़िया चुकाया चंगी गल है, पर चार तो चाली का डिफरेंस था। एक झूठ मैं नहीं हूँ, इन्होंने चार रेहड़िया लग गई, जो अगलिया लगियां ईओ साहब कहने भी मैं थुक के नहीं चढ़ सकता, मैं रेहड़ी नहीं लगन दे। मैं अंदर आई, मेरे नाल बंदे भी सी, काफ़ी थोड़ा प्रेस मीडिया भी बैठा सी, उत्थे गल हुई। मैं क्या भी तुम ठीक है, रेहड़ियाँ नहीं लगन देनियां, ना लगनियां, चार भी चुकाओ ईओ साहब तो पुछो। पर शर्त यह आ भी जिन्हें वो चार रेहड़ियाँ लवाइया वो अगेंस्ट दसो कि लीगल एक्शन लैनी, ਤੁਹਾਡੀ ਪਰਮਿਸ਼ਨ ਤੁਹਾਡੇ ਆਰਡਰ ਤੋਂ ਬਿਨਾਂ ਚਾਰ ਰੇਹੜੀਆਂ ਚੱਕੀਆਂ ਗਈਆਂ, ਇਹ ਸੀਗਾ ਉੱਥੇ। ਉਸ ਤੋਂ ਬਾਅਦ ਇਹਨਾਂ ਨੇ ਉਸ ਗੱਲ ਨੂੰ ਟਾਲ ਕੇ ਮੈਨੂੰ ਕਿਹਾ, ਕਹਿੰਦੇ ਮੈਡਮ ਕੁਛ ਵੀ ਹੋ ਜਾਵੇ ਮੈਂ ਰੇਹੜੀਆਂ ਤਾਂ ਨਹੀਂ ਲੱਗੂੰਗੀ। ਮੈਂ ਕਿਹਾ ਜੀ ਤੁਹਾਡੀ ਇੱਛਾ, ਜੇ ਤੁਸੀਂ ਨਹੀਂ ਲੱਗਣ ਦੇਣੀਆਂ ਸਟਰੀਟ ਵੈਂਡਿੰਗ ਐਕਟ ਦੇ ਅੰਦਰ, ਜੇ ਤੁਸੀਂ ਕੋਈ ਸੁਪਰੀਮ ਕੋਰਟ ਜਾਂ ਕੋਰਟ ਨਿਯਮ ਕੋਰਟ ਦੀ ਪਾਲਣਾ ਕਰਦੇ ਹੋ, ਤਾਂ ਤੁਹਾਡਾ ਇਹ ਪਹਿਲਾਂ ਰਾਈਟ ਨਹੀਂ, ਡਿਊਟੀ ਹੈ ਵੀ ਤੁਸੀਂ ਉਹਨਾਂ ਨੂੰ ਜਗ੍ਹਾ ਦੀ ਪ੍ਰੋਪਰ ਸਾਰੇ ਕੁਛ ਦਿਓ। ਜੇ ਤੁਸੀਂ ਮਨਾਦੀ ਕਰਾਤੀ ਜਗ੍ਹਾ ਦੇ ਦਿੱਤੀ, ਤੁਸੀਂ ਚੁਕਾ ਦਿਓ, ਮੇਰੇ ਨਾਲ ਚੱਲੋ, ਸ਼ਹਿਰ ਦੇ ਪਹਿਲੇ ਕੋਨੇ ਤੋਂ ਸ਼ੁਰੂ ਹੋਊਗੀ, ਅਖੀਰਲੇ ਕੋਨੇ ਤੱਕ ਚੱਲੂ। ਅਤੇ ਜੇ ਮੈਨੂੰ ਤੁਹਾਡਾ ਕੋਈ ਭਾਈਚਾਰਾ ਲੱਭ ਗਿਆ, ਮੈਂ ਕਿਸੇ ਨੂੰ ਰੋਕਿਆ ਤਾਂ ਮੇਰੇ 'ਤੇ ਪਰਚਾ ਕਰਾਇਆ ਉਹਨੇ, ਤੁਸੀਂ ਆਪਣੇ ਬੰਦਿਆਂ 'ਤੇ ਕਰਾਓ। ਮੈਂ ਪਿਕ ਐਂਡ ਚੂਜ਼ ਨਹੀਂ ਹੋਣ ਦੇਣਾ, ਵਿਚਾਰਦੀਆਂ ਲੱਗ ਗਈਆਂ ਚਾਲੀਆਂ ਦੀ ਲੱਗਣ ਨਹੀਂ ਦੇਣੀ, ਮੈਂ ਇਹ ਨਹੀਂ ਹੋਣ ਦੇਣਾ। ਜਾਂ ਤਾਂ ਸਾਰੇ ਜਣੇ ਰੇਹੜੀਆਂ ਚੱਕਣ, ਜਾਂ ਇਹ ਨਹੀਂ ਹੋ ਸਕਦਾ ਮੈਨੂੰ ਤੁਹਾਡੀ ਸ਼ਕਲ ਚੰਗੀ ਲੱਗਦੀ ਹੈ, ਤੁਸੀਂ ਮੇਰਾ ਮਾੜਾ ਮੋਟਾ ਕਰਤਾ ਅਤੇ ਇਹਨੂੰ ਮੈਂ ਲੱਗਣ ਨਹੀਂ ਦੇਣੀ। ਕਿਉਂ? ਸਾਰੇ ਗਰੀਬ ਆ, ਸਾਰੇ ਰੋਟੀ ਖਾਂਦੇ। ਇਹ ਮੈਂ ਤਾਂ ਗਰੀਬਾਂ ਦੇ ਹੱਕ ਲਈ ਆਈ ਖੜਨਾ, ਅੱਜ ਇੱਕ ਪਰਚਾ ਹੋਇਆ ਮੇਰੇ 'ਤੇ ਸਾਰੇ ਕਰਾਉਣ ਅਲੱਗ ਅਲੱਗ ਪਰਚੇ, ਮੈਨੂੰ ਕਿਸੇ ਪਰਚੇ ਦੇ। ਮੈਡਮ ਇੱਥੇ ਜਿਹੜੀਆਂ ਮੀਟ ਵਾਲੀਆਂ ਲੱਗਦੀਆਂ, ਨਾ ਤਾਂ ਉਹ ਸਿਹਤ ਵਿਭਾਗ ਉਹਨਾਂ ਨੂੰ, ਨਹੀਂ ਮੇਰੀ ਗੱਲ ਸੁਣੋ, ਚੱਕੋ ਮੇਰੇ ਨਾਲ ਸਾਰੇ ਚੱਲੋ, ਤੇਈ ਕੌਂਸਲਰ ਚੱਲੋ, ਈਓ ਸਾਹਿਬ ਚੱਲੋ ਨਾਲ ਨਾਲ, ਅਥਾਰਟੀ ਸਾਰੇ ਚੱਕੋ, ਪਰ ਮੈਂ ਇਹ ਨਹੀਂ ਹੋਣ ਦੇਣਾ ਵੀ ਚਾਰ ਲੱਗ ਗਈਆਂ ਚਾਲੀ ਨਹੀਂ ਲੱਗਣ ਦੇਣਾ। ਅੱਜ ਦੀ ਮੀਟਿੰਗ ਵਿੱਚ ਤੁਸੀਂ ਦੇਖਿਆ ਵਿਰੋਧੀ ਧਿਰ ਵੀ ਸੀ, ਸਾਰੇ ਸੀ ਨਾ, ਸਾਰਿਆਂ ਨੇ ਤੁਹਾਡੇ ਖਿਲਾਫ ਹੀ ਮਤਾ ਪਾਤਾ ਵੀ ਹੱਕ 'ਚ ਕੋਈ ਨਹੀਂ ਖੜਿਆ, ਉਹਦਾ ਕੀ ਗੱਲ ਬੇਟਾ? ਵੀਰੇ ਸੱਚ ਨਾਲ ਚੜਦੇ ਕਦੇ ਕੋਈ ਸਾਥੀ ਲੜੇਗਾ ਤੁਹਾਡੇ? ਜਿਹੜਾ ਅਸੀਂ ਭ੍ਰਿਸ਼ਟਾਚਾਰ ਦੀ ਲੜਾਈ ਲੜ ਰਹੇ ਹਾਂ, ਜਿਹੜੀ ਸਾਡੀ ਮੁੱਦਿਆਂ ਦੀ ਲੜਾਈ ਆ, ਉਹਦੇ ਨਾਲ ਤਾਂ ਸਾਨੂੰ ਕੋਈ ਦੋਸਤ ਮਿਲਣਾ ਨਹੀਂ। ਬਾਕੀ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਕੌਂਸਲਰਾਂ ਦਾ ਜਿਨ੍ਹਾਂ ਨੇ ਇਸ ਮੁੱਦੇ ਨੂੰ ਬਿਲਕੁਲ ਸਹੀ ਤਰੀਕੇ ਨਾਲ ਪੱਖ ਪੇਸ਼ ਕੀਤਾ ਅਤੇ ਬਰਾਬਰ ਕੀਤਾ, ਉਸ ਦਾ ਉਹਨਾਂ ਨਾਲ ਮੈਂ ਧੰਨਵਾਦ ਕਰਦੀ ਹਾਂ। ਬਲ ਬੇਸ਼ੱਕ ਪਾਰਟੀ ਵਾਸੀ ਅਲੱਗ ਹੋ ਸਕਦੀ ਹੈ, ਪਰ ਜਿਹੜੇ ਗਰੀਬਾਂ ਦੀ ਰੋਟੀ ਆ ਉਹ ਅਲੱਗ ਅਲੱਗ ਨਹੀਂ ਹੋ ਸਕਦੀ। ਮੈਂ ਇਹ ਕਿਸੇ ਨੂੰ ਅਲਾਊ ਨਹੀਂ ਕਰਾਂਗੀ ਬਈ ਪਿਕ ਐਂਡ ਚੂਜ਼ ਕਰੋ, ਜਿੱਥੇ ਮੈਨੂੰ ਪਸੰਦ ਆ ਮੈਂ ਤੇਰਾ ਤੈਨੂੰ ਫੇਵਰ ਕਰੂੰਗਾ, ਜਿੱਥੇ ਮੈਨੂੰ ਨਹੀਂ ਪਸੰਦ ਮੈਂ ਨਹੀਂ ਫੇਵਰ ਕਰਾਂਗਾ। ਤੁਸੀਂ ਕੀ ਕਹਿੰਦੇ ਸੀ? ਬਸ ਇੱਕ ਸ਼ੇਸ਼ਾ ਪੰਚ ਹੋ ਗਿਆ, ਰਾਤ ਨੂੰ ਸਫਾਈ ਸੇਵਕ ਸਾਡੇ ਸਫਾਈ ਕਰਦੇ ਉਹ ਬੰਦੇ ਖਿਲਾਫ ਕਾਰਵਾਈ ਹੋਊਗੀ, ਜਿਹੜੇ ਸਫਾਈ ਸੇਵਕ ਸਾਡੇ ਸਫਾਈ ਕਰਦੇ ਸੀਗੇ ਹੈ ਨਾ ਜੀ, ਅਤੇ ਬਸ ਉਹਨਾਂ ਨਾਲ ਥੋੜ੍ਹਾ ਮੋਟਾ ਹੋ ਗਿਆ ਹੋਊਗਾ, ਉਹਨਾਂ ਨਾਲ ਝੜਪ, ਤਾਂ ਕਰਕੇ ਉਹਨਾਂ ਨੇ ਕਹਿ ਤਾ ਹੋਊਗਾ ਵੀ ਅੱਗੇ ਪਿੱਛੇ ਕਰ ਲਓ ਤੁਸੀਂ। ਨਹੀਂ ਉਹ ਤਾਂ ਫਿਰ ਅਗਲੇ ਦਿਨ ਫਿਰ ਸਾਰਾ ਕੁਛ ਹੋ ਗਿਆ ਸੀਗਾ, ਫਿਰ ਇਸ ਕਰਕੇ ਪੁਰਾਣੀ ਸਬਜ਼ੀ ਮੰਡੀ ਵਿੱਚ ਚਾਈ ਨਹੀਂ ਹੈ ਸਾਡੇ ਨਾਲ, ਜਿਹੜੇ ਜਵਾਬ ਕਿਉਂ ਨਹੀਂ ਜਵਾਬ ਰਾਤ ਨੂੰ ਕਮੇਟੀ ਨੂੰ ਜ਼ਬਰਦਸਤ ਸੀ, ਲੋੜ ਪੈ ਗਈ ਰਾਤ ਨੂੰ ਚਕਾਲ ਪੈ ਗਏ ਕਮੇਟੀ ਨੂੰ, ਪਹਿਲਾਂ ਉਹਨਾਂ ਨੂੰ ਕਹਿ ਦੇ ਨਾ ਮੁਲਾਜ਼ਮ ਸਾਡੇ ਕੋਲ ਮੁਲਾਜ਼ਮ ਨੋਰਮਲ ਗੱਲ ਕਰਦੇ ਆ, ਰਾਤ ਨੂੰ ਕਾਰਵਾਈ
ਮੈਂ ਕਹਿ ਰਿਹਾ ਤੁਸੀਂ ਕੀ ਕਹਿ ਰਹੇ ਮੈਂ ਕਹਿ ਰਿਹਾ ਕਿ ਤਰੀਕਾ ਗਲਤ ਸੀ ਟਾਈਮ ਗਲਤ ਸੀ ਬਹੁਤ ਜ਼ਿਆਦਾ ਟਾਈਮ ਗਲਤ ਸੀ ਬੰਦੇ ਕੋਲ ਲੱਗੀ ਕੋਈ ਨਾ ਮੰਦੀ ਹਤਾ ਪੈਣੀ ਪਰ ਲੱਗੀ जागती लड़के लिए जगराओं से देवेंद्र जैन के साथ बीओ रजेश जैन की रिपोर्ट।